ਮੇਰੇ ਵੱਲੋਂ ਸਭ ਭੈਣ ਭਾਈਆਂ ਨੂੰ ਸਲਾਮ ਹੋਵੇ, ਜਾਗਦਾ ਬਜ਼ੁਰਗਾਂ ਤੇ ਮਾਈਆਂ ਨੂੰ ਸਲਾਮ ਹੋਵੇ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਅੱਜ ਦੀ ਗੱਲ। ਅੱਜ ਦੀ ਗੱਲ ਦੇ ਨਾਲ ਮੈਂ ਕੁਝ ਪੁਰਾਣੀ ਗੱਲ ਵੀ ਕਰਾਂਗਾ ਤੇ ਉਹਦੇ ਨਾਲ ਉਸ ਤੋਂ ਵੀ ਬਹੁਤ ਹੀ ਪੁਰਾਣੀ ਗੱਲ ਕਰਾਂਗਾ, ਲੇਕਿਨ ਉਹਦੇ ਵਿੱਚ ਇੱਕ ਲਫ਼ਜ਼ ਜਿਹੜਾ ਮੈਂ ਤੁਹਾਨੂੰ ਬਿਆਨ ਕਰਨ ਲੱਗਾ ਉਹ ਹੈਗਾ ਤਾਸਬ। ਤਾਸਬ ਦਾ ਲਫ਼ਜ਼ ਬਿਆਨ ਕਰਨ ਲੱਗੀ ਮੇਰੇ ਅੰਦਰ ਇੱਕ ਐਸੀ ਹਲਚਲ ਮੱਚ ਗਈ ਹੈ ਕਿ ਮੇਰੇ ਰੌਂਗਟੇ ਖੜੇ ਹੋ ਜਾਂਦੇ ਨੇ। ਜਦੋਂ ਤਾਸਬ ਵੇਖਦਾ ਵਾਂ ਤੇ ਦਿਲ ਘਬਰਾ ਜਾਂਦਾ ਹੈ, ਦਿਲ ਪਰੇਸ਼ਾਨੀਆਂ ਨਾਲ ਭਰ ਜਾਂਦਾ ਹੈ। ਇਸ ਕਦਰ ਇਹ ਤਾਸਬ ਹੈ ਕਿ ਜਿਹਨੂੰ ਬਿਆਨ ਕਰਾਂ ਤੇ ਮੈਂ ਇਹ ਗੱਲ ਜਿਹੜੀ ਬਿਆਨ ਕਰਨ ਲੱਗਾ ਵਾਂ ਕਿ ਇਹ ਤਾਸਬ ਕੋਈ ਅੱਜ ਦਾ ਇਹ ਨਵਾਂ ਤਾਸਬ ਨਹੀਂ, ਬਲਕਿ ਇਹ 1948 ਤੋਂ ਇਹ ਤਾਸਬ ਚੱਲਿਆ ਆ ਰਿਹਾ। ਅੱਜ ਬਹੁਤ ਸਾਰੀਆਂ ਗੱਲਾਂ ਮੈਂ ਬਿਆਨ ਕਰਨਾ ਚਾਹੁੰਦਾ ਕਿ ਤਾਸਬ ਦੀ ਇਹ ਫਜ਼ਾ, ਤਾਸਬ ਦੇ ਪਰਛਾਵੇਂ, ਇਹ ਤਾਸਬ ਦੀਆਂ ਹਨੇਰੀਆਂ ਸਾਡੇ ਤੋਂ ਕਦੋਂ ਕੁ ਖਤਮ ਹੋਣਗੀਆਂ। ਅਸੀਂ ਤੇ ਬੜੇ ਪਿਆਰ ਵਾਲੇ ਲੋਕ ਹੈਗੇ ਹਾਂ, ਅਸੀਂ ਤੇ ਮੁਹੱਬਤ ਵਾਲੇ ਲੋਕ ਹੈਗੇ ਹਾਂ, ਸਾਡੇ ਅੰਦਰ ਨਫ਼ਰਤ ਨਹੀਂ ਜੀ ਹੈਗੀ, ਅਸੀਂ ਨਫ਼ਰਤ ਦੇ ਪੁਜਾਰੀ ਵੀ ਨਹੀਂ ਹੈਗੇ। ਸਾਨੂੰ ਜਿਹੜੀ ਤਾਲੀਮ ਦਿੱਤੀ ਗਈ ਹੈ ਉਹਦੇ ਅੰਦਰ ਇੱਕੋ ਗੱਲ ਕਹੀ ਹੈ, ਆਪਣੇ ਦੁਸ਼ਮਣਾਂ ਲਈ ਵੀ ਦੁਆ ਕਰੋ। ਅਸੀਂ ਤੇ ਤੁਹਾਡੇ ਲਈ ਦੁਆ ਕਰਨੇ ਆ, ਅਸੀਂ ਮੁਲਕ ਦੀ ਸਲਾਮਤੀ ਲਈ ਦੁਆ ਕਰਨੇ ਆ, ਲੇਕਿਨ ਇਹ ਤਾਸਬ, ਤਾਸਬ ਦੀ ਜੜ ਜਿਹੜੀ ਹੈ ਮੈਨੂੰ ਇੰਜ ਨਜ਼ਰ ਆਉਂਦੀ ਹੈ ਜਿਵੇਂ ਕਿ ਪਾਕਿਸਤਾਨ ਬਣਾਉਣ ਦੇ ਖਿਲਾਫ ਜਿਹੜੀਆਂ ਕੂਵਤਾਂ ਨੇ ਜਨਮ ਲਿਆ ਉਹ ਅੱਜ ਵੀ ਉੱਥੇ ਦੀਆਂ ਉੱਥੇ ਨੇ। ਅੱਜ ਵੀ ਇਹ ਤਾਸਬ ਸਾਡਾ ਪਿੱਛਾ ਕਰਦਾ ਪਿਆ। ਮੈਂ ਤੇ ਮਾਸਟਰ ਤਾਰਾ ਸਿੰਘ ਨੂੰ ਯਾਦ ਕਰਾਂ ਜਿਹਨੇ ਆਖਿਆ ਜੋ ਬਣਾਏਗਾ ਪਾਕਿਸਤਾਨ ਉਸਕੋ ਮਿਲੇਗਾ ਕਬਰਸਤਾਨ। ਉਹਦੇ ਨਾਲ ਸਾਡੇ ਬਹੁਤ ਸਾਰੇ ਲੋਕ ਜਿਹੜੇ ਪਾਕਿਸਤਾਨ ਚ ਮੌਜੂਦ ਹੋ ਗਏ ਲੇਕਿਨ ਉਹ ਪਾਕਿਸਤਾਨ ਬਣਾਉਣ ਦੇ ਖਿਲਾਫ ਸਨ। ਮੈਂ ਇਸ ਨਿਗਾਹ ਨਾਲ ਵੇਖਦਾ ਵਾਂ ਕਿ ਉਹ ਕੂਵਤਾਂ ਅੱਜ ਵੀ ਸਾਡਾ ਪਿੱਛਾ ਕਰਦੀਆਂ ਪਈਆਂ ਨੇ ਕਿ ਅਸੀਂ ਤੁਹਾਨੂੰ ਸਜ਼ਾ ਦੇਵਾਂਗੇ ਕਿ ਤੁਸੀਂ ਪਾਕਿਸਤਾਨ ਬਣਾਉਣ ਲਈ ਆਪਣਾ ਕਿਰਦਾਰ ਕਿਉਂ ਅਦਾ ਕੀਤਾ। ਇਹ ਮਸਬੀ ਤਾਸਬ ਕਿਦੋਂ ਕੁ ਸਾਡੀ ਜਾਨ ਛੱਡੇਗਾ। ਅਸੀਂ ਤੇ ਇਹ ਤਾਸਬ ਦੀ ਵਜ੍ਹਾ ਤੋਂ ਆਪਣੇ ਘਰ ਦੀਆਂ ਦੀਵਾਰਾਂ ਦੇ ਅੰਦਰ ਆਪਣੇ ਆਪ ਨੂੰ ਗੈਰ ਮਹਿਫੂਜ਼ ਸਮਝਦੇ ਹਾਂ। ਇਹ ਤਾਸਬ ਦੀ ਫਜ਼ਾ ਐਸੀ ਹੈ ਉਹ ਕੋਈ ਨਾ ਕੋਈ ਰਾਹ ਲੱਭ ਕੇ ਫਿਰ ਸਾਡੇ ਉੱਤੇ ਮੁਸੱਲਤ ਹੋ ਜਾਂਦੀ ਹੈ। ਮੈਂ ਅੱਜ ਇਹ ਤਾਸਬ ਦੀ ਗੱਲ ਨੂੰ ਲੈ ਕੇ ਤੁਹਾਡੇ ਸਾਹਮਣੇ ਆਇਆ ਵਾਂ ਤਾਂ ਕਿ ਮੇਰੇ ਅਜ਼ੀਜ਼ੋ ਤੁਸੀਂ ਇਸ ਗੱਲ ਨੂੰ ਸਮਝੋ ਕਿ ਅਸੀਂ ਇਹ ਗੱਲ ਬਿਆਨ ਕਰਨਾ ਚਾਹ ਰਹੇ ਹਾਂ ਕਿ ਤਾਸਬ ਸਾਡੇ ਤੋਂ ਖਤਮ ਕਰ ਦਿੱਤਾ ਜਾਵੇ। ਜਿਨ੍ਹਾਂ ਰੂਹਾਂ ਦੇ ਅੰਦਰ ਤਾਸਬ ਹੈ, ਜਿਨ੍ਹਾਂ ਜ਼ਿਹਨਾਂ ਦੇ ਅੰਦਰ ਤਾਸਬ ਹੈ, ਜਿਨ੍ਹਾਂ ਦਿਲਾਂ ਦੇ ਅੰਦਰ ਤਾਸਬ ਹੈ, ਜਿਨ੍ਹਾਂ ਦੇ ਕਿਰਦਾਰ ਦੇ ਅੰਦਰ ਵੀ ਤਾਸਬ ਹੈ, ਇਹ ਮੁਹੱਬਤ ਅਸੀਂ ਤੁਹਾਡੇ ਅੱਗੇ ਰੱਖੀਏ ਤਾਂ ਤੁਸੀਂ ਮੁਹੱਬਤ ਦੇ ਬਦਲੇ ਸਾਨੂੰ ਤਾਸਬ ਦੀ ਨਿਗਾਹ ਨਾ ਵੇਂਦੇ ਜੇ। ਮੈਂ ਇਹ ਤਾਸਬ ਦੀ ਨਿਗਾਹ ਦਾ ਲਫ਼ਜ਼ ਇਸ ਤੋਂ ਇਸਤੇਮਾਲ ਕੀਤਾ ਕਿ ਮੈਂ ਤੁਹਾਨੂੰ 1948 ਦਾ ਇੱਕ ਵਾਕਿਆ ਦੱਸਣਾ ਚਾਹੁੰਦਾ ਜਿਹੜਾ ਸਾਡੇ ਮਸੀਹੀ ਰਹਿਨੁਮਾ ਜਿਨ੍ਹਾਂ ਨੇ ਪਾਕਿਸਤਾਨ ਬਦਲ ਲਈ ਵੋਟ ਪਾਇਆ, ਪਾਕਿਸਤਾਨ ਦੇ ਡਿਪਟੀ ਸਪੀਕਰ ਵੀ ਬਣ ਗਏ, ਉਹਨਾਂ ਨੂੰ ਫਿਰ ਲਾਭ ਵੀ ਦਿੱਤਾ ਗਿਆ ਔਰ ਉਹਨਾਂ ਨੇ ਆਪਣੀ ਇੱਕ ਤਕਰੀਰ ਦੇ ਅੰਦਰ, ਮੈਂ ਉਹ ਤਕਰੀਰ ਦੀ ਡੇਟ ਦੱਸਣਾ ਚਾਹੁੰਦਾ, 22 ਮਾਰਚ 1948 ਦੇ ਵਿੱਚ ਉਹ ਆਪਣੀ ਤਕਰੀਰ ਦੇ ਵਿੱਚ ਇੱਕ ਵਾਕਿਆ ਦਾ ਜ਼ਿਕਰ ਕਰਦੇ ਨੇ। ਉਹ ਵਾਕਿਆ ਇਸੇ ਲਾਹੌਰ ਦੇ ਅੰਦਰ ਜਿਹੜਾ ਕਿ ਬਿਲਕੁਲ ਨਜ਼ਦੀਕ ਕੰਨ ਆਏ, ਇੱਥੇ ਇੱਕ ਇਸ ASI ਉਹਨੇ ਇੱਕ ਕ੍ਰਿਸਚਨ ਨੂੰ, ਇੱਕ ਮਸੀਹੀ ਸ਼ਖਸ ਨੂੰ ਛਿੱਤਰਾਂ ਨਾਲ, ਜੁੱਤੀਆਂ ਨਾਲ ਇੱਕ ਗੱਲ ਤੋਂ ਸਿਰ ਮਾਰਿਆ। ਐਡੀ ਸੋਚ ਤਾਸਬ ਉਹਦੇ ਅੰਦਰ ਕਿ ਉਹਨੇ ਇਹ ਲਫ਼ਜ਼ ਬੋਲੇ ਕਿ ਤੇਰੀ ਕੀ ਜ਼ਰੂਰਤ ਹੈ ਕਿ ਤੂੰ ਮੇਰੇ ਸਾਹਮਣੇ ਸਫੇਦ ਸੂਟ ਪਾ ਕੇ ਤੇ ਘੋੜੀ ਤੇ ਜਾਵੇਂ, ਤੇਰੀ ਇਹ ਜ਼ਰੂਰਤ ਕਿ ਤੂੰ ਪਾਕਿਸਤਾਨ ਚ ਰਹਿ ਕੇ, ਅਸੀਂ ਮਜੋਰਟੀ ਹਾਂ ਤੇ ਤੂੰ ਮੇਰੇ ਸਾਹਮਣੇ ਸੂਟ ਪਾ ਕੇ ਜਾਂਦਾ, ਘੋੜੀ ਤੇ ਚੜ੍ਹ ਕੇ ਜਾਂਦਾ। ਕਿੰਨਾ ਤਾਸਬ, ਇਹ ਤਾਸਬ ਦੀ ਜੜ ਕਿੰਨੀ ਅੱਜ ਮੈਂ ਵੇਖਾਂ 1948 ਤੋਂ ਲੈ ਕੇ ਅੱਜ 2023 ਤੱਕ ਇਹ ਤਾਸਬ ਸਾਡਾ ਪਿੱਛਾ ਹੀ ਕਰਦਾ ਪਿਆ। ਤਾਸਬ ਦੀ ਨਿਗਾਹ ਇੱਥੋਂ ਤੱਕ ਰਵੇਨੇ ਆ
ਕਿ ਭਾਵੇਂ ਉਹ ਕਿਸੇ ਵੀ ਅਦਾਰੇ 'ਚ ਕਿਉਂ ਨਾ ਕੋਈ ਅਫਸਰ ਲੱਗ ਜਾਵੇ, ਲੋਕ ਉਹਨੂੰ ਸਲੂਟ ਕਰਦੇ ਨਹੀਂ, ਕਹਿੰਦੇ ਨੇ, ਬੜਾ ਗਲਤ ਲਫ਼ਜ਼ ਬੋਲਦੇ ਨੇ। ਏਡਾ ਤਸੱਬ ਹੈਗਾ, ਉਹ ਬਰਦਾਸ਼ਤ ਹੀ ਨਹੀਂ ਹੁੰਦਾ। ਇਹ ਤਸੱਬ ਦੀ ਨਿਗਾਹ ਹੈ, ਮੱਲਿਆਂ 'ਚ ਵੀ ਬਰਦਾਸ਼ਤ ਕੀਤਾ ਜਾਂਦਾ, ਜੇ ਕੋਈ ਘਰ ਚੰਗਾ ਬਣਾ ਲਏ ਉਹ ਬਰਦਾਸ਼ਤ ਨਹੀਂ ਹੁੰਦਾ। ਇਹ ਤਸੱਬ ਦੀ ਨਿਗਾਹ ਹੈ, ਇਹ ਉਹ ਮਜ਼ਹਬੀ ਤਸੱਬ ਹੈ ਜਿਹੜਾ ਅੰਦਰ ਹੀ ਅੰਦਰ ਪਲਦਾ ਪਲਦਾ 1948 ਤੋਂ ਲੈ ਕੇ ਅੱਜ ਉਹ ਏਡਾ ਤਵਨ ਤਨਾਵਰ ਦਰਖਤ ਬਣ ਗਿਆ, ਉਹ ਸਾਡੇ ਕੋਲ ਵੱਡੇ ਨਹੀਂ ਜਾਂਦਾ ਪਿਆ, ਬਾਵਜੂਦ ਕਿ ਅਸੀਂ ਮੁਹੱਬਤ 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 ਦਿੱਤੀ ਹੈ। ਮੈਂ ਇਹਦੇ ਲਈ ਕੀ ਲਫ਼ਜ਼ ਬੋਲਾਂ, ਅਫਸੋਸ ਅਫਸੋਸ ਅਫਸੋਸ। ਇਸ ਤੋਂ ਇਲਾਵਾ ਮੇਰੇ ਅੰਦਰ ਕੋਈ ਲਫ਼ਜ਼ ਬਣਦਾ ਹੀ ਨਹੀਂ ਪਿਆ। ਮੈਂ ਸਿਰਫ ਤੁਹਾਡੇ ਇਹ ਗੱਲ ਕਰਨਾ ਚਾਹੁੰਦਾ, ਕਿਆ ਇਹ ਤਸੱਬ ਕਿਸੇ ਤਰੀਕੇ ਖਤਮ ਹੋ ਸਕਦਾ? ਜੇ ਅਸੀਂ ਖਤਮ ਕਰਨਾ ਚਾਹੀਏ ਸਾਰੇ ਮਿਲ ਕੇ ਤਾਂ ਹੋ ਸਕਦਾ, ਲੇਕਿਨ ਜੜ ਚੁੱਕੇ ਪੁਰਾਣੀ ਹੈ। ਮੈਂ ਤੁਹਾਨੂੰ ਇਹ 22 ਮਾਰਚ 1948 ਦੀ ਤਕਰੀਰ ਦੇ ਵਿੱਚ ਜਨਾਬ ਦੀਵਾਨ ਬਹਾਦਰ ਐਸ ਪੀ ਸਿੰਘਾ ਦਾ ਉਹ ਵਾਕਿਆ ਜਿਹੜਾ ਉਹਨਾਂ ਨੇ ਬਿਆਨ ਕੀਤਾ, ਇਸ ਤੋਂ ਦੱਸਿਆ ਕਿ ਮੈਂ ਤੁਹਾਨੂੰ ਦੱਸਾਂ ਕਿ ਇਹ ਜੜ ਕਦੋਂ ਦੀ ਪੁਰਾਣੀ ਹੈ। ਇਹ ਜਿਹੜੀ ਮਜ਼ਹਬੀ ਤਸੱਬ ਤੁਹਾਡੇ ਅੰਦਰ ਪਾਇਆ ਜਾ ਰਿਹਾ, ਇੱਕ ਹੋਰ ਤਸੱਬ ਦੀ ਗੱਲ ਦੱਸਾਂਗਾ, ਕੋਈ ਪੁਰਾਣੀ ਨਹੀਂ, ਇਹ ਨਵਾਂ ਵਾਕਿਆ ਜਿਹੜਾ ਜਲ੍ਹਿਆਂਵਾਲਾ ਦੇ ਵਿੱਚ 11 ਸਾਲਾ ਬੱਚਾ ਸਕੂਲ ਗਿਆ ਹੈ ਤੇ ਵਾਪਸੀ ਦੇ ਉੱਤੇ ਕੋਈ ਤਸੱਬ ਪਸੰਦ ਕੋਈ ਸ਼ਰ ਪਸੰਦ, ਜ਼ਿਹਨੀਅਤ ਦੇ ਮਾਲਕਾਂ ਨੇ ਉਹਨੂੰ ਰਸਤੇ 'ਚ ਆਉਂਦਿਆਂ ਮਾਰਿਆ ਤੇ ਸਾਡੀ ਪੁਲਿਸ ਨੇ ਉਹੋ ਹੀ ਪੁਰਾਣਾ ਕਿਰਦਾਰ ਅਦਾ ਕੀਤਾ। ਉਹ ਕਿਰਦਾਰ ਕੀ ਹੈ? ਮੌਜੂਦ ਹੋ ਕੇ ਆਖਿਆ ਇਹਨੂੰ ਇਹ ਕਿਹੜਾ ਮਰ ਗਿਆ, ਕੁਛ ਨਹੀਂ ਹੋਇਆ। ਉਹ ਸੱਟਾਂ ਦੇ ਨਿਸ਼ਾਨ ਮੌਜੂਦ ਨੇ, ਲੇਕਿਨ ਐਕਸ਼ਨ ਦੀ ਬਜਾਏ ਉਹਦਾ ਰਿਐਕਸ਼ਨ ਕੁਝ ਹੋਰ ਹੁੰਦਾ ਪਿਆ। ਦਾਬੇ ਮਾਰੇ ਜਾਂਦੇ ਪਏ ਨੇ, ਉਹਨਾਂ ਨੂੰ ਝਿੜ ਕੇ ਚੰਬ ਕੀਤੀ ਜਾਂਦੀ ਪਈ ਹੈ। ਵੀਡੀਓ ਮੌਜੂਦ ਹੈ, ਲੇਕਿਨ ਜਨਾਬੇ ਜਨਾ ਕਰੋ, ਅਸੀਂ ਬਾਰ ਬਾਰ ਤੁਹਾਨੂੰ ਕਹਿੰਦੇ ਹਾਂ ਅਸੀਂ ਮੁਹੱਬਤ ਦੇ ਸ਼ਦਾਈ ਹਾਂ, ਅਸੀਂ ਮੁਹੱਬਤ ਦੇ ਸ਼ਦਾਈ ਹਾਂ, ਅਸੀਂ ਮੁਹੱਬਤ ਜੇ ਦੇਣਾ ਚਾਹੁੰਦੇ ਹਾਂ ਤਾਂ ਉਹਦੇ ਬਦਲੇ ਤਸੱਬ ਨਹੀਂ, ਅਸੀਂ ਮੁਹੱਬਤ ਤੁਹਾਡੇ ਕੋਲ ਲੈਣਾ ਚਾਹੁੰਦੇ ਹਾਂ। ਪਤਨੀ ਉਹ ਤੁਸੀਂ ਮੁਹੱਬਤ ਕਿੱਥੇ ਗਵਾ ਛੱਡੀ ਹੈ ਕਿ ਸਾਨੂੰ ਤੁਹਾਡੇ ਕੋਲੋਂ ਮਿਲਦੀ ਨਹੀਂ ਪਈ? ਕਿਆ ਅਸੀਂ ਤੁਹਾਡੇ ਕੋਲ ਉਮੀਦ ਕਰ ਸਕਦੇ ਹਾਂ? ਕਿਉਂ? ਕਿਉਂਕਿ ਸਾਨੂੰ ਤਸੱਬ ਇੰਜ ਵੀ ਮਿਲਦਾ ਜਦੋਂ ਸਾਨੂੰ ਤਸੱਲੀਆਂ ਦਿੱਤੀਆਂ ਜਾਂਦੀਆਂ ਨੇ, ਬਹੁਤ ਸਾਰੇ ਮੁਜ਼ਮਤੀ ਬਿਆਨ ਵੀ ਆ ਜਾਂਦੇ ਨੇ, ਲੇਕਿਨ ਮੇਰੀਆਂ ਸੋਚਾਂ ਇਹਦੇ ਟੁੱਟ ਜਾਂਦੀਆਂ ਨੇ, ਸ਼ਾਇਦ ਹੁਣ ਇਹ ਕੰਮ ਠੰਡਾ ਪੈ ਗਿਆ, ਹੁਣ ਅਗਲੀ ਵਾਰੀ ਨਵਾਂ ਤਸੱਬ ਦੀ ਫਜ਼ਾ ਸ਼ੁਰੂ ਹੋ ਜਾਣੀ ਜੀ। ਮਿਹਰਬਾਨੀ ਕਰਕੇ ਜਿਹੜੀ ਗੱਲ ਅਸੀਂ ਤੁਹਾਡੇ ਅੱਗੇ ਰੱਖੀ ਹੈ ਇਹਨੂੰ ਗੌਰ ਕਰੋ। ਅਗਲੀ ਤੀਜੀ ਗੱਲ ਮੈਂ ਤੁਹਾਡੇ ਅੱਗੇ ਕਰਨਾ ਚਾਹ ਰਿਹਾ, ਉਹਦਾ ਬਿਆਨ ਕਰਨ ਲੱਗਿਆ ਮੇਰੇ ਅਲਫਾਜ਼ ਜ਼ੇਬ ਹੀ ਨਹੀਂ ਦਿੰਦੇ ਪਏ, ਜਿਹਨੇ ਉਸ ਸ਼ਖਸ ਨੇ ਬਾਈਬਲ ਮੁਕੱਦਸ ਦੀ ਬੇਹਰਮਤੀ ਕੀਤੀ। ਲੇਕਿਨ ਮੇਰੇ ਕਿਸੇ ਮੁਸਲਮਾਨ ਭਾਈ ਨੇ, ਕਿਸੇ ਮੌਲਾਨਾ ਨੇ ਕੋਈ ਐਸਾ ਬਿਆਨ ਨਹੀਂ ਦਿੱਤਾ। ਉਂਝ ਬਿਆਨ ਕਰ ਦਿੰਦੇ ਹੋ ਕਿ ਤੁਰੈਤ ਜ਼ਬੂਰ ਅੰਜੀਲ ਔਰ ਕੁਰਾਨ ਅਸੀਂ ਇਹਨਾਂ ਦੇ ਮੰਨਣ ਵਾਲੇ ਹਾਂ, ਲੇਕਿਨ ਮੇਰੇ ਅਜ਼ੀਜ਼ੋ ਤੁਰੈਤ ਜ਼ਬੂਰ ਔਰ ਅੰਜੀਲ ਦੀ ਬੇਹਰਮਤੀ ਹੋਈ, ਲੇਕਿਨ ਉਸ ਤਰੀਕੇ ਦਾ ਐਕਸ਼ਨ ਨਹੀਂ ਲਿਆ ਗਿਆ ਜਿਵੇਂ ਕਿ ਦੂਜੇ ਐਕਸ਼ਨ ਹੁੰਦੇ ਨੇ, ਜਿਵੇਂ ਬਹੁਤ ਸਾਰੇ ਐਕਸ਼ਨ ਹੁੰਦੇ ਨੇ। ਇਹ ਤੇ ਸਰਈਅਨ ਹੋਇਆ ਵਾਕਿਆ, ਹਕੀਕਤਨ ਵਾਕਿਆ ਹੋਇਆ, ਮੇਰਾ ਲਫ਼ਜ਼ ਬਿਆਨ ਨਹੀਂ ਕਰਨਾ ਚਾਹ ਰਿਹਾ, ਮੇਰੀ ਜ਼ੁਬਾਨ ਜ਼ੇਬ ਨਹੀਂ ਦਿੰਦੀ ਪਈ ਕਿ ਮੈਂ ਉਹ ਬਿਆਨ ਕਰਾਂ ਕਿ ਉਸ ਸ਼ਖਸ ਨੇ ਜਿਹਨੇ ਬਾਈਬਲ ਮੁਕੱਦਸ ਦੀ ਬੇਹਰਮਤੀ ਕੀਤੀ, ਲੇਕਿਨ ਉਸ ਤਰੀਕੇ ਦਾ ਐਕਸ਼ਨ ਨਹੀਂ ਹੋ ਸਕਿਆ। ਮੈਂ ਫਿਰ ਇਹ ਕਹਾਂਗਾ, ਤਸੱਬ ਦੀਆਂ ਨਿਗਾਹਾਂ ਬੰਦ ਕਰ ਦਿਓ, ਤਸੱਬ ਦੀਆਂ ਨਿਗਾਹਾਂ ਬੰਦ ਕਰ ਦਿਓ, ਮੁਹੱਬਤ ਦੀਆਂ ਨਿਗਾਹਾਂ ਸਾਡੇ ਨਾਲ ਖੋਲ ਲਵੋ ਤਾਂ ਕਿ ਪਾਕਿਸਤਾਨ ਨੂੰ ਅਸੀਂ ਬਿਹਤਰ ਰਾਹ 'ਤੇ ਗਾਮਜ਼ਨ ਕਰ ਸਕੀਏ। ਅੱਜ ਦੇ ਇਸ ਪ੍ਰੋਗਰਾਮ ਦੇ ਨਾਲ ਮੈਂ ਇਖਤਤਾਮ ਕਰਨਾ, ਪਾਕਿਸਤਾਨ ਜ਼ਿੰਦਾਬਾਦ।